साथियों आओ गुरु महाराज की बुलाई हुई फतेह नूं सारे ही एक वारां गज वज के बुलंद करिए आखो वाहिगुरू जी का खालसा वाहिगुरू जी की फतेह। सो अज दा जिहड़ा इकट्ठ आ कोई आपां पब्लिक वाला इकट्ठ नहीं कीता तां ते सारा हाल भरिया हुंदा ते थले भी संगत हुंदी। अज जिहड़ियां आपां साढ़े सतकोण दे जिहड़े बूथ ने वो चार बूथ ने जिहड़ा 57, 58, 59, 60 बूथ ने जिहड़े चार बूथ। इस तरह जिहड़ी वार्ड 34 नंबर वार्ड आ उहदे बूथ ने तकरीबन 13। चार बूथ ने ईशर नगर दे ते 5 बूथ ने मराडो कलोनी ते गुरु नानक कलोनी इन्हां दे जिहड़ी कि वार्ड नंबर 34 दे। टोटल 13 बूथ ने जिहदे विच बड़ी उच्ची ते सूची ते वड्डी सोच के मालक जथेदार रविंदर सिंह जी बहस ते सरदार सिमरजीत सिंह जी बहस जदों वोटां आउंदियां ने ते वोटां दे दिनां दे विच कई वार आपां जदों बूथ लाउंदे आ जां बाहर टेबल लाउंदे आ उहदे वास्ते की हुंदा वी असीं फिर उस टाइम भजदे आ वी असीं यार अपने बंदिआं नूं साथियां नूं सुनेहा लाईए चाहे कि तुसीं सारे वार्डां दे विच बैंस साहब दे सज्जियां ते खब्बियां तुसीं बाहां आओ सारे तुसीं बेसक अपनियां ड्यूटियां नूं तनदेही नाल आप ही निभा लैंदे हो चाहे जिन्नियां पिछे भी इलैक्शनां जिन्नियां भी आईआं पर हुण उहदे विच बड़े सुचारू ढंग दे नाल सारिआं बूथां दे उत्ते जिहड़ी तुहाडे सारिआं दी सलाह दे नाल इक कमेटी बणाई आ ਉਹ ਕਮੇਟੀ ਦੇ ਵਿੱਚ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਸਕੱਤਰ ਮੀਤ ਪ੍ਰਧਾਨ ਇਸ ਤਰ੍ਹਾਂ ਜਿਹੜੇ ਅਹੁਦੇ ਨੇ ਉਹ ਸਾਰੇ ਅਹੁਦੇ ਦਿੱਤੇ ਗਏ ਨੇ ਜਿਹਦੇ ਵਿੱਚ ਤਕਰੀਬਨ ਤੀਬਨ ਜਿਹੜਾ ਅੱਜ ਦੀ ਆ ਉਹ ਕਿਸੇ ਦੇ ਵਿੱਚ 19 ਨੇ ਕਿਸੇ ਦੇ ਵਿੱਚ 21 ਨੇ ਅਤੇ ਕਿਸੇ ਦੇ ਵਿੱਚ 22 ਨੇ ਅਤੇ ਜਿੰਨੇ ਵੀ ਆਪਾਂ ਅਹੁਦੇਦਾਰ ਸਾਰੇ ਬਣਾਏ ਨੇ ਜਦੋਂ ਇਲੈਕਸ਼ਨ ਆਉਣੀ ਆ ਚਾਹੇ ਕਿ ਤੁਸੀਂ ਵੇਖਦੇ ਹੋ ਕਿ ਅੱਜ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਜਥੇਦਾਰ ਰਵਿੰਦਰ ਸਿੰਘ ਜੀ ਬੈਂਸ ਅਤੇ ਲੋਕ ਇਨਸਾਫ ਪਾਰਟੀ ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਦੇ ਆਏ ਨੇ ਚਾਹੇ ਉਹ ਪਾਣੀਆਂ ਦਾ ਮੁੱਦਾ ਆਇਆ ਚਾਹੇ ਉਹ ਫਾਸਟਵੇ ਦਾ ਮੁੱਦਾ ਆਇਆ ਅਤੇ ਚਾਹੇ ਉਹ ਆਰਡੀਨੈਂਸ ਕਾਨੂੰਨ ਦਾ ਮੁੱਦਾ ਆਇਆ ਜਦੋਂ ਆਰਡੀਨੈਂਸ ਕਾਨੂੰਨ ਲਾਗੂ ਕੀਤਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਦੀ ਬੈਂਸ ਅਤੇ ਜਥੇਦਾਰ ਰਵਿੰਦਰ ਸਿੰਘ ਦੀ ਬੈਂਸ ਨੇ ਵੱਡੀ ਸੋਚ ਨੇ ਉਹਨਾਂ ਸਮਿਆਂ ਦੇ ਵਿੱਚ ਇੱਕ ਸਾਈਕਲ ਮਾਰਚ ਕੜਕਦੀ ਧੁੱਪ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਮਸਤਕ ਹੋ ਕੇ ਜਲ੍ਹਿਆਂਵਾਲੇ ਦੀ ਬਾਗ ਦੀ ਮਿੱਟੀ ਆਪਣੇ ਮੱਥੇ ਨੂੰ ਲਾ ਕੇ ਅਤੇ 300 ਕਿਲੋਮੀਟਰ ਸਾਈਕਲ ਯਾਤਰਾ ਕੀਤੀ ਸੀ ਜਿਹਦੇ ਵਿੱਚ ਤਕਰੀਬਨ 5 ਦਿਨ ਅਤੇ 4 ਰਾਤਾਂ ਉਹ ਲੀਡਰ ਨੇ ਜਿਹੜੇ ਆਪਣੇ ਕੋਠੀਆਂ ਦੇ ਵਿੱਚ ਰਾਤਾਂ ਗੁਜ਼ਾਰਦੇ ਨੇ ਉਹ ਲੀਡਰ ਜਿਹੜੇ ਐਸ ਪ੍ਰਸਤੀਆਂ ਕਰਦੇ ਨੇ ਪਰ ਸਾਡੇ ਉਹ ਲੀਡਰ ਨੇ ਜਿਹੜੇ ਦਿਨ ਰਾਤ ਲੋਕਾਂ ਦੀ ਭਲਾਈ ਵਾਸਤੇ ਦਿਨ ਰਾਤ ਕੰਮ ਕਰਦੇ ਨੇ ਚਾਹੇ ਉਹ ਸਾਡਾ ਸੁਵਿਧਾ ਸੈਂਟਰ ਤੁਸੀਂ ਵੇਖਦੇ ਹੋ ਸਰਕਾਰੀ ਸੁਵਿਧਾ ਸੈਂਟਰ ਦੇ ਵਿੱਚ ਤਾਂ ਤੁਹਾਨੂੰ ਗੇੜਾ ਪੈ ਸਕਦਾ ਪਰ ਜਿਹੜਾ ਲੋਕ ਇਨਸਾਫ ਪਾਰਟੀ ਦਾ ਕੋਟ ਮੰਗਲ ਸਿੰਘ ਗਲੀ ਨੰਬਰ 5 ਦੇ ਵਿੱਚ ਜਿਹੜਾ ਦਫ਼ਤਰ ਹੈ ਉੱਥੋਂ ਕਿਸੇ ਨੂੰ ਗੇੜਾ ਨਹੀਂ ਪਊਗਾ ਅਤੇ ਕੰਮ ਟਾਈਮ ਦੇ ਨਾਲ ਤੁਹਾਨੂੰ ਹੋ ਕੇ ਮਿਲਦਾ ਹੈ ਜਿਹੜੇ ਲੀਡਰ ਇਸ ਪ੍ਰਸਤੀਆਂ ਕਰਦੇ ਨੇ ਅਤੇ ਸਾਡੇ ਉਹ ਲੀਡਰ ਨੇ ਜਿਹੜੇ 18 ਘੰਟੇ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਅਤੇ ਪਰ ਜਦੋਂ ਫਿਰ ਇਲੈਕਸ਼ਨਾਂ ਆਉਂਦੀਆਂ ਉਹਨਾਂ ਟਾਈਮਾਂ ਦੇ ਵਿੱਚ ਆਪਾਂ ਇਸ ਕਰਕੇ ਇਹ ਜਿਹੜੇ ਬੂਥ ਕਮੇਟੀਆਂ ਬਣਾਈਆਂ ਨੇ ਕਿ ਉਸ ਸਮੇਂ ਦੇ ਵਿੱਚ ਆਪਾਂ ਸਾਰੇ ਹੀ ਜਿੱਥੇ ਕਿ ਅੱਜ ਤੁਸੀਂ ਵੇਖਦੇ ਹੋ ਜਿਹੜੀ ਲੋਕ ਇਨਸਾਫ ਪਾਰਟੀ ਆ ਉਹਨਾਂ ਨੇ 117 ਹਲਕਿਆਂ ਦੀ ਜਿਹੜੀ ਇੱਕ ਇਜਲਾਸ ਕੀਤਾ ਸੀ ਬਾਘੇ ਪੁਰਾਣੇ ਦੀ ਧਰਤੀ ਦੇ ਉੱਤੇ ਅਤੇ ਜਿੱਥੋਂ 117 ਸੀਟਾਂ ਲੜਨ ਦਾ ਐਲਾਨ ਕੀਤਾ ਸੀ ਅੱਜ ਉਹ ਪਾਰਟੀ ਜਿਹੜੀ ਹਰ ਹਲਕੇ ਦੇ ਵਿੱਚ ਹਰ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਇਹ ਬੜਾ ਵੱਡਾ ਮਾਣ ਆ ਤੁਹਾਡੇ ਵਾਸਤੇ ਅਤੇ ਜੇ ਤੁਸੀਂ ਸਾਰੇ ਤਕੜੇ ਹੋ ਕੇ ਆ ਦੋ ਹਲਕਿਆਂ ਦੀ ਤੁਸੀਂ ਜਿਹੜੀ ਆ 6 ਹਲਕੇ ਲੁਧਿਆਣੇ ਦੀ ਇਹਨਾਂ ਦੀ ਵਾਗਡੋਰ ਸੰਭਾਲਦੇ ਹੋ ਅਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਹਾਡਾ ਆਪਣਾ ਮੁੱਖ ਮੰਤਰੀ ਹੋ ਕੇ ਤਾਂ ਤੁਹਾਡਿਆਂ ਨੂੰ ਇੱਦਾਂ ਆ ਕੇ ਤੁਹਾਡੇ ਵਿੱਚ ਆ ਕੇ ਬੈਠੂਗਾ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਤਕਰੀਬਨ ਉਹੀ ਬੰਦੇ ਬੁਲਾਏ ਨੇ ਜਿਨ੍ਹਾਂ ਦੇ 57 ਨੰਬਰ ਬੂਥ ਦੇ ਵਿੱਚ 18 ਕਾਰਡ ਨੇ ਮੇਰੇ ਕੋਲ ਜਿਹੜੇ ਬਣੇ ਹੋਏ ਉਹ ਆਪਾਂ ਤੁਹਾਨੂੰ ਨਾਂ ਲੈ ਕੇ ਮੈਂ ਆਵਾਜ਼ ਮਾਰੂੰਗਾ ਫਿਰ ਉਹ ਤੁਹਾਨੂੰ ਉਠਾਵਾਂਗੇ ਅਤੇ ਇਹ ਆਈਡੈਂਟੀ ਕਾਰਡ ਤੁਹਾਡੇ ਸਪੁਰਦ ਕਰਾਂਗੇ ਜਿਹੜਾ ਜਿਹੜਾ ਤੁਹਾਡਾ ਅਹੁਦਾ ਤੁਹਾਡੇ ਅਨੁਸਾਰ ਲਿਖਿਆ ਉਹ ਅਹੁਦਾ ਉਹਦੇ ਉੱਤੇ ਲਿਖਿਆ ਜਿਹੜੇ ਆਈਡੈਂਟੀ ਕਾਰਡ ਦੇ ਵਿੱਚ ਮੰਨ ਲਓ ਕਿਸੇ ਦਾ ਕੋਈ ਨਾਂ ਗਲਤ ਹੋ ਗਿਆ ਜਾਂ ਕੋਈ ਚੀਜ਼ ਦੇ ਵਿੱਚ ਕੋਈ ਇੱਦਾਂ ਦੀ ਗਲਤੀ ਲਿਖੀ ਗਈ ਆ ਤਾਂ ਉਹ ਬੇਫਿਕਰ ਮੈਨੂੰ ਆਪਣੇ ਚਾਹੇ ਘਰੇ ਫੜਾ ਦਿਓ ਤਾਂ ਕਿ ਮੈਂ ਉਹਨੂੰ ਦਰੁਸਤ ਕਰਾ ਕੇ ਤੁਹਾਡਾ ਦੁਬਾਰਾ ਆਈਡੈਂਟੀ ਕਾਰਡ ਚਿੱਟ ਲਿਖ ਕੇ ਦੇ ਦਿਓ ਵੀ ਆਹ ਗਲਤੀ ਹੈ ਆਹ ਗਲਤੀ ਆ ਉਹ ਇਸ ਤਰ੍ਹਾਂ ਜਦੋਂ ਕੰਪਿਊਟਰ 'ਤੇ ਬੰਦਾ ਲੱਗਿਆ ਹੁੰਦਾ ਕਈ ਵਾਰ ਆਈ ਦੀ ਜਗ੍ਹਾ 'ਤੇ ਈ ਪੈ ਜਾਂਦੀ ਆ ਇੱਦਾਂ ਦੀਆਂ ਮਿਸਟੇਕਾਂ 1-2 ਵਿੱਚ ਮੈਂ ਵੇਖ ਲਈਆਂ ਹੈਗੀਆਂ ਨੇ
सो साथियो ये जिहड़ा आपां प्रोग्राम अज अपनाया है उहदे विच इह जदों आपणी इलैक्शन आउंदी आ तां एक दिन जिहड़ा हुंदा है फिर वो पूरी कमेटी जिहड़े प्रधान बनाए हुए ने चौवां बूथां दा एक एक प्रधान बनाया होया वो फिर आप जी नूं सुनेहा लाऊगा मैं भी आप जी नूं सुनेहा लाऊंगा वो एक दिन जिहड़ा हुंदा दो दिन वो आप बड़े वधिया ढंग दे तरीके दे नाल जिहड़ा सारा इंतजाम कर सकते हैं। उहदे विच एक प्रोग्राम बनाया जिस तरह मान लो एक बूथ दे विच एक हज़ार वोट आ ते एक हज़ार वोट दे मान लो जे भी आपां उहदे विच अहुदेदार बना दिंदे आ ते किन्नियां किन्नियां वोटां आईआं वो वाहलियां वोटां नहीं आउंदियां। अज मैं जदों आ मीटिंग बुलाई तो मैनूं बहुत साथियों के सुनेहे लए कहिंदे प्रधान जी मेरी फोटो नहीं ली मेरा आइडेंटी कार्ड नहीं बनाया। ये आइडेंटी कार्ड थोनू भी पता जदों ये फोटोआं दित्तियां सी मेरा ख्याल आ किन्ने महीने हो गए तकरीबन काफ़ी लंबा समा हो गया एक बार बच्चे मंडना भी ही फिर दोबारा कुछ बूथां दे जिहड़े नंबर सी उहनां दे चेंजिंग हो गई वो फिर दुरुस्त करके हुण फिर लिआंदे आ ते जिहड़े साथी गुस्सा ना करे जिन्हां दे नहीं आइडेंटी कार्ड बने वो मैनूं अपनियां फोटोआं दे दो जिद्दां 5-6 फोटो मैनूं हुण भी दित्तियां ने साथियों ने भी सानूं तां बुलाया नहीं लेकिन अहीं फोटोआं लैके तुहाडे कोल आ गए उहनां दा धन्नवाद करदा मैं दित्तियां कराईआं क्योंकि वो लोक इंसाफ पार्टी नूं प्यार करदे ने। सो मैं हुण बेनती करदा एक एक मिनट साढ़े बहुत सरकार जो उस्ताद सो मैं बाकी बुलाया सारे तो माफ़ी चाहना क्योंकि समा ज़्यादा हो गया एक मीटिंग जी मराडो कलोनी रखी आ उत्थे भी साथी जोड़े अपने डीकते पे ने सो मैं सारे बुलावे तो खिमा मंगता हुआ साढ़े बहुत ही सरकार जो लोग इंसाफ पार्टी के प्रधान सरप्रस्त जहेदार बरिंदर सिंह जी बैंस साहब ने विचारा साझिया कर वाहिगुरु जी का खालसा वाहिगुरु जी फतेह। उन्होंने उठन तो पहला दो नारे लाइए इनकलाब जिंदाबाद इनकलाब जिंदाबाद लोक इंसाफ पार्टी जिंदाबाद लोक इंसाफ पार्टी जिंदाबाद बैन साहब तेरी सोच ते राजा के ठोके वाहिगुरु जी का खालसा वाहिगुरु। मेरे बहुत सत्कारयोग बड़े से छोटे भरा मेरिया मातावां ते भैण आओ सब तो पहला जो तो मैं कॉलेज ज्वाइन किया ना मैं एक अंग्रेजी लिखिया बहुत सारे सज्जन अंग्रेजी समझते हैं अंग्रेजियाँ दो लाइन पढ़िया तो मैं एम महसूस होया कि शायद उस अंग्रेज ने सिख इतिहास पढ़िया तो उन्हें सिख की डेफिनेशन लिखी है। गुरु प्यारे और लाइन इन वधिया कि मैं रट्टा ला रहा तो मैं रोज़ वो लाइन अपने मन च जो गुड़गुड़ा तो थोड़े दिन बाद मैं ए लग्या कि उस अंग्रेज ने सिख की नहीं उस अंग्रेज ने एक इंसान की डेफिनेशन लिखी है। वो अंग्रेज लिखता है कि वर्क विदाउट प्रेयर इज ए स्लेवरी कहता काम शुरू कर दिता है रब का ना ही नहीं लिया समझ लियो तुसी गुलाम हो क्योंकि एक दुनिया में वाहद गुलाम ऐसा शख्स है जिन्हों सवेरे उठ के इबादत करन दा रब दा नाम लैण दा समा नहीं मिलता। वो अंग्रेजी लिखता है कि वर्क विदाउट प्रेयर इज ए स्लेवरी कहता समझ लो गुलाम। अगली लाइन कैसी कमाल लिखता है कहता प्रेयर विदाउट वर्क कहता सिर्फ माला ही फेरी जाते ते किरत नहीं करते प्रेयर विदाउट वर्क इज बैगिंग कहता समझ लो मंगते हो। तो गुरु प्यारे हो मेरे गुरु ने खालसा साजिया संत सिपाही संत का मतलब है रब का नाम लैण वाला ते सिपाही का मतलब है ड्यूटी करने वाला। तो पहला वांगू फिर बेनती करा कि दुनिया च सब तो माड़ा गुलाम हुंदा किते आपां भी गुलामां वाली लाइन च ना चले जाइए आओ फतेह दी सांझ करिए कोई रसना वाजी ना रहे गज के आखो वाहिगुरु जी का खालसा। तुहाडे दर्शन करके मन नूं बेहद खुशी होई है कि अज तुसी अपना काम घर छड के अपने रुझेवे छड के मन विच इक चा लै के बहुत सारे जिहड़े इंटैलीजेंट बच्चे हुंदे आ जदों पेपर आउंदे उहनां दे मन विच इक खुशी दा मुकाम हुंदा है कि कल नूं मेरा पेपर है ते आपां इस वार मैरिट विच आउणा है। बहुत सारे बच्चे ऐसे होंगे है जिन्हों एक दिन पहला लूज मोशन भी लग्या होंगे वो कहते सवेरे पेपर आते आप पढ़िया नहीं सारा साल तो हम रात विचाले तो पास नहीं हो सकता बंदा
अज तुसी मन विच एक सदर लैके फैले हुए भ्रिष्टाचार दे कूड़े करकट नूं साफ करना चाहुंदे आ तुसी। मैं तुहाडी कदर करदा, तुहाडा धन्नवाद करदा और अपनी गल कहण तों पहलां ਤੁਹਾਨੂੰ ਮੁਬਾਰਕ ਆਖਦਾ ਕਿ ਤੁਸੀਂ ਹੋਕਾ ਦਿੱਤਾ ਹੈ, ਹਮੇਸ਼ਾ ਪੰਜਾਬ ਨੂੰ ਜਾਗਦਾ ਰੱਖਣ ਦਾ ਯਤਨ ਕੀਤਾ ਹੈ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਏ ਅਤੇ ਚਾਹੇ ਕਿਸਾਨੀ ਦਾ ਮੁੱਦਾ ਹੋਏ। ਜਦੋਂ ਮੈਂ ਸੱਚ ਆਖਾਂ, ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਸਾਈਕਲ ਮਾਰਚ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਿਸਾਨ ਪੁੱਛਦੇ ਸੀ, ਕਹਿੰਦੇ ਬੈਂਸ ਸਾਹਿਬ ਕਿਹੜੇ ਪਾਸੇ ਨੂੰ ਤੁਰ ਪਏ। ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਸ਼ਾਇਦ ਬੈਂਸ ਕਿਸੇ ਰਾਜਨੀਤਿਕ ਲਾਹੇ ਲਈ ਝੂਠ ਬੋਲ ਕੇ ਤੁਰ ਪਏ ਆ। ਅਤੇ ਗੁਰੂ ਪਿਆਰਿਓ, ਜਦੋਂ ਮੁੱਖ ਮੰਤਰੀ ਦੇ ਦਰਵਾਜ਼ੇ 'ਤੇ ਗਏ, ਮੁੱਖ ਮੰਤਰੀ ਦੇ OST ਨੇ ਜਦੋਂ ਗੱਲਾਂ ਸੁਣੀਆਂ, ਇੱਕ ਦਿਨ ਦਾ ਸੈਸ਼ਨ ਆਪਣੀ ਮੰਗ ਕੀ ਸੀ ਕਿ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਏ ਅਤੇ ਸਰਕਾਰ ਵੱਲੋਂ ਲਿਆਂਦੇ ਹੋਏ ਆਰਡੀਨੈਂਸ ਰਿਜੈਕਟ ਕੀਤੇ ਜਾਣ। ਇੱਕ ਦਿਨ ਦਾ ਸੈਸ਼ਨ ਸੱਦਣਾ ਪਿਆ ਸਰਕਾਰ ਨੂੰ। ਤੁਹਾਡੀ ਉਸ ਦਿਨ ਪਹਿਲੀ ਜਿੱਤ ਹੋਈ ਸੀ ਜਿਸ ਦਿਨ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਸੱਦਿਆ ਸੀ। ਅਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਾਂ ਹਮੇਸ਼ਾ ਅਰਦਾਸ ਕੀਤੀ ਹੈ ਨਾ, ਕਿਉਂਕਿ ਆਪਾਂ ਉਸ ਧਰਤੀ 'ਤੇ ਪੈਦਾ ਹੋਏ ਹਾਂ ਜਿਹੜੀ ਧਰਤੀ ਦਾ ਇਤਿਹਾਸ ਦੁਨੀਆਂ ਨਾਲੋਂ ਵੱਖਰਾ ਹੈ, ਨਵੇਕਲਾ ਹੈ। ਮੈਂ ਸੱਚ ਆਖਾਂ, ਮੈਂ ਬਹੁਤ ਸਾਰੇ ਧਰਮਾਂ ਦਾ ਅਧਿਐਨ ਕਰਕੇ ਦੇਖਿਆ ਵੱਖਰਾ ਕਿਵੇਂ ਹੈ। ਜੇ ਤੁਸੀਂ ਵੀ ਦੇਖਣਾ ਹੋਏ ਨਾ, ਕਿਸੇ ਸੱਜਣ ਨੂੰ ਅਰਦਾਸ ਕਰਦਾ ਸੁਣ ਲਿਓ ਵੀ ਅਰਦਾਸ ਵਿੱਚ ਕੀ ਆਖਦਾ। ਮੈਂ ਈਸਾਈ ਨੂੰ ਅਰਦਾਸ ਕਰਦਾ ਸੁਣਿਆ, ਈਸਾਈ ਵੀਰ ਕਹਿੰਦਾ ਅੰਤ ਵਿੱਚ ਪਾਤਸ਼ਾਹ ਈਸਾਈਆਂ ਦਾ ਭਲਾ ਕਰਿਓ। ਮੁਸਲਮਾਨ ਵੀਰ ਨੂੰ ਅਰਦਾਸ ਕਰਦਾ ਸੁਣਿਆ, ਉਹ ਅਰਦਾਸ ਦੇ ਅੰਤ ਵਿੱਚ ਆਖਦਾ ਹੈ ਅੱਲਾਹ ਤਾਲਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਪਾਤਸ਼ਾਹ ਤੁਸੀਂ ਮੁਸਲਮਾਨ ਕੌਮ ਦਾ ਭਲਾ ਕਰਿਓ। ਬੁੱਧੀ ਵੀਰ ਨੂੰ ਸੁਣਿਆ, ਉਹ ਕਹਿੰਦਾ ਬੁੱਧ ਧਰਮ ਦਾ ਭਲਾ ਕਰਿਓ। ਜੈਨੀ ਵੀਰ ਨੂੰ ਸੁਣਿਆ, ਉਹ ਅਰਦਾਸ ਦੇ ਅੰਤ ਵਿੱਚ ਆਖਦਾ ਜੈਨੀਆਂ ਦਾ ਭਲਾ ਕਰਿਓ। ਸਨਾਤਨ ਧਰਮ ਵਾਲੇ ਵੀਰ ਨੂੰ ਸੁਣਿਆ, ਉਹ ਵੀ ਅਰਦਾਸ ਦੇ ਅੰਤ ਵਿੱਚ ਆਖਦਾ ਬੋਲ ਸਨਾਤਨ ਧਰਮ ਕੀ ਜੈ। ਅਤੇ ਇੱਕ ਮੇਰੇ ਪਾਤਸ਼ਾਹ ਗੁਰੂ ਨਾਨਕ ਦਾ ਸਿੱਖ ਹੈ, ਅਰਦਾਸ ਉਹ ਵੀ ਕਰਦਾ ਪਰ ਅਰਦਾਸ ਦੇ ਅੰਤ ਵਿੱਚ ਆਖਦਾ ਕੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ ਭਲਾ। ਆਪਾਂ ਅਰਦਾਸਾਂ ਕੀਤੀਆਂ ਪਾਤਸ਼ਾਹ ਦੇ ਚਰਨਾਂ ਵਿੱਚ, ਅਰਜੋਈ ਕੀਤੀ ਕਿ ਪਾਤਸ਼ਾਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਮਤ ਬਖਸ਼ਿਸ਼ ਕਰਿਓ ਕਿ ਉਹ ਲੜਾਈ ਦਾ ਰਸਤਾ ਛੱਡ ਕੇ। ਪ੍ਰਧਾਨ ਮੰਤਰੀ ਦਾ ਮਤਲਬ ਕੀ ਹੁੰਦਾ ਹੈ ਕਿ ਉਹਨੇ ਦੇਸ਼ ਨੂੰ ਆਪਣੇ ਬੱਚੇ ਵਾਂਗੂ ਪਾਲਣਾ ਹੈ। ਆਪਾਂ ਅਰਦਾਸ ਕੀਤੀ ਕਿ ਪਾਤਸ਼ਾਹ ਤੁਸੀਂ ਰਹਿਮਤ ਕਰਿਓ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਮਤ ਬਖਸ਼ਿਸ਼ ਕਰਿਓ ਕਿ ਉਹ ਲੜਾਈ ਦਾ ਰਸਤਾ ਛੱਡ ਕੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦੀ ਗੱਲ ਨੂੰ ਸਮਝਦੇ ਹੋਏ ਸਮਝੌਤੇ ਵਾਲੇ ਪਾਸੇ। ਮੈਂ ਤੁਹਾਡਾ ਧੰਨਵਾਦ ਕਰਦਾ, ਪਾਤਸ਼ਾਹ ਦਾ ਧੰਨਵਾਦ ਕਰਦਾ ਕਿ ਪਾਤਸ਼ਾਹ ਨੇ ਤੁਹਾਡੇ ਵੱਲੋਂ ਕੀਤੀਆਂ ਹੋਈਆਂ ਅਰਦਾਸਾਂ ਪ੍ਰਵਾਨ ਕੀਤੀਆਂ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਮਤ ਬਖਸ਼ਿਸ਼ ਕੀਤੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਜਿਹੜੇ 3 ਕਾਲੇ ਕਾਨੂੰਨ ਸੀ ਜਿਨ੍ਹਾਂ ਲਈ ਮੈਂ ਆਪਣੇ ਜੀਵਨ ਵਿੱਚ ਪਾਕਿਸਤਾਨ ਨਾਲ ਲੜਾਈਆਂ ਵੀ ਦੇਖੀਆਂ ਅਤੇ ਕਿਸੇ ਲੜਾਈ ਵਿੱਚ ਜਿੰਨੇ ਕਿਸਾਨ ਅਤੇ ਮਜ਼ਦੂਰ ਹੁਣ ਸ਼ਹੀਦ ਹੋਏ ਆ ਨਾ ਸਾਲ 'ਚ, ਕਿਸੇ ਲੜਾਈ 'ਚ ਇੰਨੀ ਗਿਣਤੀ 'ਚ ਮੌਤਾਂ ਨਹੀਂ ਹੋਈਆਂ ਪਰ ਫਿਰ ਵੀ ਤੁਹਾਡੀ ਜਿੱਤ ਹੋਈ ਕਿਉਂਕਿ ਤੁਸੀਂ ਪ੍ਰਵਾਨੇ ਹੋ ਦੇਸ਼ ਦੇ,
ਤੁਸੀਂ ਦੇਸ਼ ਦੀ ਚੜ੍ਹਦੀ ਕਲਾ ਲਈ ਵੱਡੇ ਵੱਡੇ ਤੂਫਾਨਾਂ ਨਾਲ ਟੱਕਰ ਲਈ। ਔਰ ਆਹ ਵੀ ਐਂ ਲੱਗਦਾ ਸੀ, ਦੁਨੀਆਂ ਦੇ ਲੋਕ ਸਮਝਦੇ ਸੀ ਕਿ ਇਹ ਵੀ ਇੱਕ ਟੱਕਰ ਹੈ। ਅਤੇ ਬਹੁਤ ਸਾਰੇ ਬੁਲਾਰੇ ਮੈਂ ਵਟਸਐਪ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ ਇਹ ਗੱਲਾਂ ਕਹਿੰਦੇ ਸੁਣੇ ਕਿ ਜੇ ਸਿੱਖ ਮੋਹਰੇ ਨਾ ਲੱਗਦਾ ਤਾਂ ਸ਼ਾਇਦ ਕਿਸਾਨ ਮੋਰਚਾ ਫਤਿਹ ਨਾ ਹੁੰਦਾ। ਪੰਜਾਬੀ ਵੀਰੋ, ਤੁਹਾਨੂੰ ਮੁਬਾਰਕ ਆਖਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਲਏ, ਔਰ ਉਹਦੀ ਜਿੱਤ ਦਾ ਸਿਹਰਾ ਖਾਸ ਕਰਕੇ ਤੁਹਾਨੂੰ ਜਾਂਦਾ ਕਿ ਤੁਸੀਂ ਉਹਦੀ ਸ਼ੁਰੂਆਤ ਕੀਤੀ, ਤੁਸੀਂ ਸਾਈਕਲ ਯਾਤਰਾ ਕਰਕੇ ਉਸ ਮੂਮੈਂਟ ਦਾ ਆਗਾਜ਼ ਕੀਤਾ ਸੀ। ਮੁਬਾਰਕ ਆਖਦਾ। ਔਰ ਅੱਜ ਦਾ ਇਕੱਠ ਕੋਈ ਆਮ ਇਕੱਠ ਨਹੀਂ, ਬੂਥ ਨੰਬਰ 57, ਬੂਥ ਨੰਬਰ 58, 59 ਅਤੇ 60, ਇਹ ਚਾਰ ਬੂਥਾਂ ਦੀ ਕਰੀਮ ਇਕੱਠੀ ਹੋਈ ਹੈ। ਜਿਹੜੇ ਚਾਰ ਬੂਥ ਹੈ ਉਹਦੇ 'ਚੋਂ ਕਰੀਮ, ਆਪਾਂ ਰਾਤ ਨੂੰ ਕਈ ਵਾਰੀ ਦੁੱਧ ਲਿਆਉਂਦੇ ਹਾਂ ਬਾਜ਼ਾਰੋਂ, ਗਰਮ ਕਰਦੇ ਹਾਂ, ਫਿਰ ਮਾਂ ਭੈਣ ਉਹਨੂੰ ਜਾਗ ਲਾਉਂਦੀ ਹੈ, ਫਿਰ ਸਵੇਰੇ ਰਿੜਕਦੇ ਹਾਂ, ਫਿਰ ਉਹਦੇ 'ਚੋਂ ਮੱਖਣ ਨਿਕਲਦਾ ਹੈ। ਅਤੇ ਅੱਜ ਮੱਖਣ ਇਕੱਠਾ ਹੋਇਆ, ਮਨ ਦੀ ਸੋਚ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਆ ਕੇ ਫਿਰ ਰੁਕ ਜਾਂਦੀ ਹੈ ਕਿ ਇਕੱਠੇ ਹੋਣ ਦੀ ਲੋੜ ਕਿਉਂ ਪਈ, ਕਿਉਂਕਿ ਅਸੀਂ ਵੀ ਇਸ ਧਰਤੀ 'ਤੇ ਰਾਜ ਭਾਗ ਕਰਨ ਲਈ ਪੈਦਾ ਹੋਏ। ਅਤੇ ਜਿਹੜਾ ਰਾਜ ਭਾਗ ਤੁਸੀਂ ਉਹਨਾਂ ਦਾ ਦੇਖਿਆ ਨਾ ਅੱਜ ਤੱਕ, ਮੈਂ ਸੱਚ ਆਖਾਂ ਅੱਜ ਤੱਕ ਲਓ, ਤੁਹਾਡੇ 'ਚ ਵੀ ਬਹੁਤ ਸਾਰੇ ਨੌਜਵਾਨ ਪੜ੍ਹੇ ਲਿਖੇ ਬੈਠੇ ਹੈ, ਅਤੇ ਮੈਂ ਤੁਹਾਨੂੰ ਇੱਕ ਸਵਾਲ ਕਰਨ ਲੱਗਿਆ ਪੜ੍ਹੇ ਲਿਖੇ ਨੌਜਵਾਨਾਂ ਨੂੰ, ਜਿਹੜੇ ਪੜ੍ਹੇ ਲਿਖੇ ਹੱਥ ਖੜਾ ਕਰਿਓ। ਮੈਂ ਇੱਕ ਕਾਲਜ ਦੇ ਫੰਕਸ਼ਨ 'ਤੇ ਗਿਆ ਅਤੇ ਉੱਥੇ ਪੁੱਛਿਆ ਕਿ ਵਟ ਇਜ਼ ਦੀ ਡੈਫੀਨੇਸ਼ਨ ਆਫ ਗਵਰਨਮੈਂਟ। ਲਓ ਜੇ ਤੁਹਾਡੇ 'ਚੋਂ ਕੋਈ ਸਰਕਾਰ ਦੀ ਡੈਫੀਨੇਸ਼ਨ ਦੱਸਣਾ ਚਾਹੁੰਦਾ ਤਾਂ ਹੱਥ ਖੜਾ ਕਰ, ਤੂੰ ਵੀ ਦੱਸ ਸਕਦਾ। ਵਟ ਇਜ਼ ਦੀ ਡੈਫੀਨੇਸ਼ਨ ਆਫ ਗਵਰਨਮੈਂਟ? ਇੱਦਾਂ ਹੀ ਉੱਥੇ ਵੀ ਸੁਣ ਮੁੰਨ ਸੀ ਅਤੇ ਪਿੱਛੋਂ ਇੱਕ ਹੱਥ ਖੜਾ ਹੋ ਗਿਆ। ਉਹ ਬੱਚੇ ਨੂੰ ਮੈਂ ਕਿਹਾ ਵੀ ਪ੍ਰਿੰਸੀਪਲ ਖੜਾ ਸੀ ਕੋਲ, ਮੈਂ ਕਿਹਾ ਵੀ ਤੁਹਾਡੀ ਇੱਜ਼ਤ ਬਚ ਗਈ ਵੀ ਉਹ ਪਿੱਛੇ ਇੱਕ ਬੱਚੇ ਨੇ ਹੱਥ ਖੜਾ ਕਰਤਾ। ਮੈਂ ਉਹਨੂੰ ਸਟੇਜ 'ਤੇ ਬੁਲਾਇਆ, ਮੈਨੂੰ ਕਹਿੰਦਾ ਬੈਂ ਸੰਕਲ, ਮੈਂ ਕਿਹਾ ਹਾਂਜੀ। ਕਹਿੰਦਾ ਪੰਜਾਬੀ 'ਚ ਦੱਸ ਦਿਆਂ, ਕਿਉਂਕਿ ਸਵਾਲ ਇੰਗਲਿਸ਼ ਵਿੱਚ ਸੀ ਕਿ ਵਟ ਇਜ਼ ਦੀ ਡੈਫੀਨੇਸ਼ਨ ਆਫ ਗਵਰਨਮੈਂਟ। ਮੈਂ ਕਿਹਾ ਬੇਟਾ ਪੰਜਾਬੀ 'ਚ ਦੱਸ ਦੇ। ਉਹ ਕਹਿੰਦਾ, ਮੈਂ ਕਿਹਾ ਜੀ ਪੰਜਾਬੀ 'ਚ ਸਵਾਲ ਦੱਸ ਦਿੰਦਾ ਵੀ ਸਰਕਾਰ ਕਿਹਨੂੰ ਕਹਿੰਦੇ ਹੈ। ਉਹ ਕਹਿੰਦਾ ਜੀ ਲਓ ਸੌਖਾ ਜਿਹਾ ਸਵਾਲ ਹੈ, ਕਹਿੰਦਾ ਜਿਹਦੀ ਸਰਕਾਰ ਹੁੰਦੀ ਹੈ ਉਹ ਰੇਤਾ ਵੇਚਦਾ, ਜਿਹਦੀ ਸਰਕਾਰ ਹੁੰਦੀ ਕਹਿੰਦਾ ਉਹ ਚਿੱਟਾ ਵੇਚਦਾ, ਕਹਿੰਦਾ ਜਿਹਦੀ ਸਰਕਾਰ ਹੁੰਦੀ ਉਹਦੀਆਂ ਬੱਸਾਂ ਚੱਲਦੀਆਂ। ਤੁਸੀਂ ਇਹ ਹਿਸਾਬ ਰੱਖ ਕੇ ਦੇਖੋ, ਤੁਸੀਂ ਆਪਣੇ ਸਰੀਰ ਨੂੰ ਭੱਠੀ ਵਿੱਚ ਝੋਕਿਆ, ਮਹੀਨਾ ਕਮਾ ਕੇ ਲਿਆਏ, ਬੱਚੇ ਨੂੰ ਕਾਲਜ ਪੜ੍ਹਨ ਲਾਇਆ, ਅਤੇ ਬੱਚਾ ਹੁਣ ਪੋਸਟ ਗ੍ਰੈਜੂਏਸ਼ਨ ਕਰਦਾ, ਪਰ ਉਹ ਇਹ ਦੱਸ ਨਹੀਂ ਸਕਦਾ ਕਿ ਵਟ ਇਜ਼ ਦੀ ਡੈਫੀਨੇਸ਼ਨ ਆਫ ਗਵਰਨਮੈਂਟ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਬੱਚਿਆਂ ਨੂੰ। ਬੱਚਿਆਂ ਨੂੰ ਪੜ੍ਹਾਇਆ ਕਿ ਤੁਗਲਕ ਕਿੰਨੀ ਵਾਰੀ ਆਇਆ, ਕਿੰਨੀ ਵਾਰੀ ਲੁੱਟ ਕੇ ਲੈ ਗਿਆ। ਲਓ ਯਾਰ ਆਹ ਗੱਲ, ਤੁਗਲਕ ਕਿੰਨੀ ਵਾਰੀ, ਕਿਹੜੀ ਸਦੀ 'ਚ ਆਇਆ, ਕਿਹੜੀ ਸਦੀ 'ਚ ਲੁੱਟ ਕੇ ਲੈ ਗਿਆ, ਦੁਨੀਆਂ ਕਿੱਥੇ ਚਲੀ ਗਈ, ਅਸੀਂ ਅੱਜ ਵੀ ਹਿਸਟਰੀ ਪੜ੍ਹਨੀ ਚਾਹੀਦੀ ਹੈ, ਮੈਂ ਨਹੀਂ ਕਹਿੰਦਾ ਨਹੀਂ ਪੜ੍ਹਨੀ ਚਾਹੀਦੀ, ਪਰ ਉੱਨੀ ਕੁ ਪਰ ਜਿਹੜੀਆਂ ਕੰਮ ਦੀਆਂ ਗੱਲਾਂ ਉਹ ਵੀ ਤਾਂ ਪੜ੍ਹਾਉਣੀਆਂ ਚਾਹੀਦੀਆਂ ਨਾ ਬੱਚਿਆਂ ਨੂੰ। ਅੱਜ ਹਾਲਾਤ ਕੈਸੇ ਹੈ, ਸਰਕਾਰ ਜਿੱਦਣ ਤੁਹਾਡੀ ਬਣੀ, ਅਸਲ 'ਚ ਪਤਾ ਉੱਦਣ ਲੱਗਣਾ ਵੀ ਸਰਕਾਰ ਕਿਹਨੂੰ ਕਹਿੰਦੇ ਹੈ। ਵਿਧਾਨ ਸਭਾ 'ਚ ਇੱਕ ਦਿਨ ਟਰਾਂਸਪੋਰਟ 'ਤੇ ਬਹਿਸ ਹੋ ਗਈ ਆ, ਹੁਣ ਰਾਜਾ ਵੜਿੰਦਰ ਮੰਤਰੀ, ਅਤੇ ਸਵਾਲ ਹੋ ਗਿਆ ਕਿ ਜਿਨ੍ਹਾਂ ਜਿਨ੍ਹਾਂ ਦੀਆਂ ਬੱਸਾਂ ਹੈਗੀਆਂ ਉਹ ਹੱਥ ਖੜਾ ਕਰਿਓ, ਵੀ ਜਿਹੜੇ ਬੱਸਾਂ ਦੇ ਮਾਲਕ ਹੈਗੇ ਉਹ ਹੱਥ ਖੜਾ ਕਰ ਦਿਓ। ਲਓ ਅਕਾਲੀ ਦਲ 'ਚੋਂ ਵੀ 3-4 ਨੇ ਕਰਤੇ, ਕਾਂਗਰਸ 'ਚੋਂ ਵੀ 5-6 ਨੇ ਕਰਤੇ, ਅਤੇ ਲਓ ਮੈਂ ਸੱਚ ਆਖਾਂ ਮੈਂ ਵੀ ਹੱਥ ਖੜਾ ਕਰ ਦਿੱਤਾ ਅਤੇ ਵਿਕਰਮ ਰੌਲਾ ਪਾਉਣ ਲੱਗ ਗਿਆ, ਕਹਿੰਦਾ ਸਪੀਕਰ ਸਾਹਿਬ, ਕਹਿੰਦਾ ਨਵਾਂ ਖੁਲਾਸਾ ਹੋ ਗਿਆ। ਸਾਰੇ ਬੜੇ ਗੌਰ ਨਾਲ ਦੇਖਣ ਲੱਗ ਗਏ ਵੀ ਕੀ ਖੁਲਾਸਾ ਹੋ ਗਿਆ, ਕਹਿੰਦਾ ਬੈਂਸ ਨੇ ਵੀ ਹੱਥ ਖੜਾ ਕਰਤਾ ਇਹਦੀਆਂ ਵੀ ਬੱਸਾਂ ਚੱਲਦੀਆਂ, ਕਹਿੰਦਾ ਪਹਿਲਾਂ ਇਹਨੂੰ ਭੁੱਲ ਭੁਲਾਓ।
ਸਪੀਕਰ ਨੇ ਮੈਨੂੰ ਖੜਾ ਕਰਤਾ, ਕਹਿੰਦਾ ਬੈਂਸ ਸਾਹਿਬ ਦੱਸੋ ਜੀ। ਮੈਂ ਕਿਹਾ ਸਪੀਕਰ ਸਾਹਿਬ ਮੇਰੀਆਂ ਬੱਸਾਂ ਚੱਲਦੀਆਂ, ਜਿਹੜਾ ਮੇਰੀਆਂ ਬੱਸਾਂ ਚਲਾਉਣ ਵਾਲਾ ਜੀ ਐਮ ਹੈ ਉਹਦੀ ਤਨਖਾਹ 1.5 ਲੱਖ ਤੋਂ ਜ਼ਿਆਦਾ ਹੈ, ਜਿਹੜਾ ਸੁਖਵੀਰ ਦੀਆਂ ਬੱਸਾਂ ਚਲਾਉਂਦਾ ਉਹ 22,000 ਵਾਲਾ। ਮੈਂ ਕਿਹਾ ਇਹਦੀਆਂ ਬੱਸਾਂ ਮੁਨਾਫੇ 'ਚ ਹੈ ਪਰ ਮੇਰੀਆਂ ਬੱਸਾਂ ਘਾਟੇ 'ਚ ਹੈ। ਮੈਂ ਕਿਹਾ ਜੀ ਮੇਰਾ ਜਿਹੜਾ ਮੈਨੇਜਰ ਹੈ ਉਹ ਬੈਠਾ ਸਾਡਾ ਟਰਾਂਸਪੋਰਟ ਸੈਕਟਰੀ। ਮੈਂ ਕਿਹਾ ਜਿਹੜੀਆਂ ਸਰਕਾਰ ਦੀਆਂ ਬੱਸਾਂ ਉਹ ਤੁਸੀਂ ਤਾਂ ਨਹੀਂ ਮੰਨਦੇ ਪਰ ਮੈਂ ਮੰਨਦਾ ਵੀ ਉਹ ਮੇਰੀਆਂ ਨੇ, ਉਹ ਘਾਟੇ 'ਚ ਨੇ। ਹੁਣ ਇੱਕ ਬੰਦੇ ਨੇ ਮੰਨਿਆ ਨਾ ਵੀ ਬੱਸਾਂ ਮੇਰੀਆਂ ਅਤੇ ਚੂਨਾ ਲੱਗ ਰਿਹਾ। ਲਓ ਜੇ ਇੱਕ ਮੰਤਰੀ ਇਵੇਂ ਅੜ ਕੇ ਖੜਾ ਅਤੇ ਜੇ ਬਾਕੀ ਵੀ ਅੜ ਜਾਣ ਫਿਰ ਲੋਕ ਸੋਚਣ 'ਤੇ ਮਜਬੂਰ ਹੋ ਗਏ ਨਾ ਵੀ ਯਾਰ ਇੰਨੀ ਬੇਈਮਾਨੀ ਹੋ ਰਹੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਸ ਵਾਰੀ ਜਿਹੜੀ ਇਲੈਕਸ਼ਨ 2022 ਵਾਲੀ ਹੈ ਸੱਚ ਆਖਾਂ ਹਜੇ ਤਾਈਂ ਕਿਸੇ ਆਮ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਹੋਣਾ ਕੀ ਹੈ। ਅਤੇ ਜਿਹੜੀ ਇਸ ਵਾਰੀ ਸਰਕਾਰ ਆਉਣੀ ਹੈ ਉਹ ਤੁਹਾਡੇ ਤੋਂ ਬਿਨਾਂ ਆਉਣੀ ਨਹੀਂ, ਇਹ ਵੀ ਨਾਲ ਦਾਅਵਾ ਕਰਕੇ ਚੱਲੇ ਹਾਂ ਤੁਹਾਡੇ ਕੋਲ। ਅਤੇ ਜਿਹੜੀ ਇਸ ਵਾਰੀ ਸਰਕਾਰ ਆਉਣੀ ਹੈ ਉਹ ਗੱਲਾਂ ਬਾਤਾਂ ਨਾਲ ਗਾਂਹ ਨਹੀਂ ਕੰਮ ਚੱਲਣਾ। ਜਿਹੜੀ ਪਿੱਛੇ ਵਾਲੀਆਂ ਗੱਲਾਂ ਸੀ ਨਾ ਉਹ ਗੱਲਾਂ ਹੁਣ ਚੱਲਣੀਆਂ ਨਹੀਂ ਵੀ ਬਾਬਾ ਜੀ ਨੇ ਕਹਿਤਾ ਪੰਥ ਖਤਰੇ 'ਚ ਆਪਾਂ ਮਗਰ ਮਗਰ ਤੁਰ ਪਿਆ, ਬਾਬਾ ਮੋਹਰੇ ਮੋਹਰੇ ਤੁਰ ਪਿਆ, ਸਮਾਨ ਘਰੇ ਰੱਖਿਆ ਆਪਾਂ ਨੂੰ ਵਾਪਸ ਮੋੜਤਾ। ਆਹੀ ਹੋਇਆ ਨਾ ਅੱਜ ਤੱਕ, ਇੱਕੋ ਹੀ ਪਰਿਵਾਰ ਕਹੀ ਗਿਆ ਪੰਥ ਖਤਰੇ 'ਚ, ਪੰਥ ਖਤਰੇ 'ਚ ਉਹੀ ਉਹੀ ਪਰਿਵਾਰ ਸਾਰੇ ਟਰਾਂਸਪੋਰਟ 'ਤੇ ਕਬਜ਼ਾ ਕਰ ਗਿਆ, ਉਹੀ ਪਰਿਵਾਰ। ਮੈਂ ਇੱਕ ਦਿਨ ਲੇਖ ਪੜ੍ਹਦਾ ਸੀ ਅਜੀਤ ਅਖਬਾਰ 'ਚ, ਕਹਿੰਦੇ ਰੇਤਾ ਖਾ ਗਏ ਉਹੀ ਪਰਿਵਾਰ, ਕਹਿੰਦੇ ਟਰਾਂਸਪੋਰਟ ਖਾ ਗਿਆ ਉਹੀ ਪਰਿਵਾਰ, ਅਤੇ ਕਹਿੰਦੇ ਸੇਮ ਪਹਿਲਾਂ ਸੇਮ ਕਿੱਥੇ ਹੁੰਦੀ ਸੀ ਹੁਸ਼ਿਆਰਪੁਰ 'ਚ, ਕਹਿੰਦੇ ਕੰਢੀ ਦਾ ਏਰੀਆ ਹੈ, ਪਾਣੀ ਉੱਤੇ ਹੈ, ਇੱਕ ਨਾ ਇੱਕ ਪਾਈਪ ਲਾਉਂਦੇ ਸੀ 20 ਫੁੱਟ ਦਾ ਪਾਣੀ ਆ ਜਾਂਦਾ ਸੀ। ਕਹਿੰਦੇ ਸੀ ਯਾਰ ਬਾਕੀ ਰੇਤਾ ਬਜਰੀ ਤਾਂ ਖਾ ਹੀ ਗਏ ਸੀ, ਸੇਮ ਵੀ ਲੈ ਗਏ ਬਠਿੰਡੇ। ਮੈਂ ਤੁਹਾਨੂੰ ਬੇਨਤੀ ਕਰਾਂ ਅਸਲ 'ਚ ਜਾਗਦੇ ਰਹਿਣ ਦੀ ਲੋੜ, ਪਰ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਤੁਹਾਨੂੰ ਜਗਾਉਣ ਲਈ, ਪੰਜਾਬੀਆਂ ਨੂੰ ਜਗਾਉਣ ਲਈ ਸਾਨੂੰ ਪਹਿਲਾਂ ਵੀ ਕਈ ਵਾਰੀ ਕੁੱਟ ਵੀ ਖਾਣੀ ਪਈ ਹੈ ਅਤੇ ਜੇ ਹੁਣ ਵੀ ਖਾਣੀ ਪਈ ਕਦੇ ਗੁਰੇਜ ਨਹੀਂ ਕਰਾਂਗੇ, ਪਰ ਪੰਜਾਬੀ ਨੂੰ ਜਾਗਦਾ ਰੱਖਾਂਗੇ। ਅਤੇ ਤੁਸੀਂ ਘਬਰਾਇਓ ਨਾ, ਬਹੁਤ ਕੁਛ ਤੁਸੀਂ ਦੇਖਿਆ ਅਤੇ ਬਹੁਤ ਕੁਝ ਅਜੇ ਹੋਣਾ ਹੈ, ਤਿਆਰ ਰਹਿਣਾ ਚਾਹੀਦਾ ਬੰਦੇ ਨੂੰ। ਦੇਖਿਆ ਕੀ ਹੈ, ਇੱਕ ਮੁੱਖ ਮੰਤਰੀ ਕਹਿੰਦਾ ਸੀ ਬੈਂਸ, ਪਿੱਛੇ ਵਾਲੀ ਸਰਕਾਰ ਵਾਲਾ ਕਹਿੰਦਾ ਮਸ਼ੀਨ 'ਚ ਦੇ ਤਾ, ਬਸ ਗੇੜਾ ਦੇਣਾ ਬਾਕੀ ਹੈ। ਤੁਰ ਗਿਆ ਉਹ ਗੇੜਾ ਦਿੰਦਾ ਦਿੰਦਾ। ਆ ਇੱਕ ਹੁਣ ਇਹ ਵੀ ਕਹਿੰਦਾ ਸੀ, ਕਹਿੰਦਾ ਬਟਾਲੇ ਛਾਤੀ ਤੱਕ ਮਾਰ ਕੇ ਕਹਿੰਦਾ ਹਾਂ, ਕਹਿੰਦਾ ਮੈਂ ਮੁਕੱਦਮਾ ਦਰਜ ਕਰਾਇਆ ਅਤੇ ਕਹਿੰਦਾ ਬਸ ਹੁਣ ਗੇੜਾ ਦੇਣਾ ਬਾਕੀ ਹੈ। ਲੋਕ ਗੇੜਾ ਮਾਲਕ ਨੇ ਉਹਨੂੰ ਦੇ ਤਾ, ਉਹ ਵੀ ਤੁਰ ਗਿਆ। ਵੀਰੋ ਹੁਣ ਮੈਂ ਤੁਹਾਨੂੰ ਬੇਨਤੀ ਕਰਾਂ, ਜਮਾਂ ਘਬਰਾਇਓ ਨਾ, ਜਿਸ ਕਾ ਸਾਹਿਬ ਡਾਢਾ ਹੋਏ ਇਸ ਕੋ ਮਾਰ ਨਾ ਸਕੇ, ਇਸ ਕਰਕੇ ਡਰਨ ਦੀ ਕੀ ਲੋੜ। ਜਿਹਦਾ ਸਾਹਿਬ ਡਾਢਾ ਉਹਨੂੰ ਇਹ ਕੁੱਤੇ ਹੱਥ ਲੰਘ ਦਾ ਕਤੂਰੇ ਬੋਲਦੇ ਹੁੰਦੇ ਆ, ਜਮਾਂ ਘਬਰਾਉਣਾ ਨਹੀਂ। ਅਤੇ ਆਹ ਜਿਹੜੇ ਆਡੈਂਟੀ ਕਾਰਡ ਬਣੇ ਆ, ਬੂਥ ਨੰਬਰ 57, ਬੂਥ ਨੰਬਰ 58, 59 ਅਤੇ 60, ਮੈਂ ਇੱਕ ਬੇਨਤੀ ਕਰਾਂ, ਇਹਦੇ 'ਚ ਬਹੁਤ ਸਾਰੇ ਉਹ ਸੱਜਣ ਜ਼ਰੂਰ ਰਹਿ ਗਏ ਹੋਣਗੇ ਜਿਹੜੇ ਜ਼ਿਆਦਾ ਪੱਕੇ ਹੈ, ਜਿਹੜੇ ਜਦੋਂ ਮੈਂ 1991 'ਚ ਚੋਣ ਲੜੀ ਉਹ ਮੈਨੂੰ ਚਿਹਰੇ ਅੱਜ ਵੀ ਦਿਸਦੇ ਆ ਵਿੱਚ ਬੈਠੇ, ਜਿਹੜੇ ਉਦੋਂ ਤੋਂ ਹੀ ਤੁਰੇ ਆਉਂਦੇ ਆ। ਅਤੇ ਜਿਹੜੇ ਸੱਜਣ ਰਹਿ ਗਏ ਉਹ ਕਿਰਪਾ ਕਰਕੇ ਆਪਣਾ ਐਡਰੈਸ ਕਾਗਜ਼ 'ਤੇ ਲਿਖ ਕੇ ਪ੍ਰਧਾਨ ਜੀ ਨੂੰ ਦੇ ਦਿਓ, ਫੋਟੋ ਨਾਲ ਲਾ ਕੇ, ਆਡੈਂਟੀ ਕਾਰਡ ਹੋਰ ਬਣ ਜਾਣਗੇ। ਪਰ ਇਹ ਆਡੈਂਟੀ ਕਾਰਡ ਇਸ ਵਾਰੀ ਕਹਿੰਦੇ ਫਿਰਦੇ ਨਾ ਗਲੀ ਗਲੀ, ਮੋਢੇ 'ਤੇ ਕਹੀ ਰੱਖੀ ਹੋਈ ਹੈ, ਨਵੇਂ ਸਾਲ ਵਾਲੇ ਦਿਨ ਚਲੇ ਗਏ ਟਿਊਲ ਦਾ ਉਦਘਾਟਨ ਕਰਨ, ਮੈਂ ਉਦੋਂ ਪਹਿਲਾਂ ਕਰਤਾ ਸੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਕੋਲ ਗੋਬਿੰਦ ਨਗਰ। ਮੈਂ ਕਿਹਾ ਉਦਘਾਟਨ ਕਰੋ ਜੀ ਸਦਕੇ। ਲਓ ਤੁਹਾਨੂੰ ਵੀ ਬੇਨਤੀ ਕਰਦਾ, 3 ਬੰਦਿਆਂ ਕੋਲ ਕੋਟਾ ਹੁੰਦਾ ਹੈ, ਜਾਂ ਕੌਂਸਲਰ ਕੋਲ, ਜਾਂ MLA ਕੋਲ, ਜਾਂ ਮੈਂਬਰ ਪਾਰਲੀਮੈਂਟ ਕੋਲ, 3 ਬੰਦਿਆਂ ਕੋਲ ਕੋਟਾ ਹੁੰਦਾ ਡਿਵੈਲਪਮੈਂਟ ਦਾ।
ਤੇ ਹੁਣ ਜਿਹੜੇ ਮੋਢੇ ਤੇ ਕਹੀ ਰੱਖੀ ਫਿਰਦੇ ਆ ਨਾ ਉਹ ਕੌਂਸਲਰ ਨਾ ਉਹ MLA ਨਾ ਉਹ MP ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਯਾਰ ਜੀ ਸਦਕੇ ਟੱਕ ਲਾ ਦਿਓ ਪਰ ਇਹ ਦੱਸ ਦਿਆ ਕਰੋ ਵੀ ਇਹ ਕੋਟਾ MLA ਦਾ ਇਸ ਕਰਕੇ ਇਹ ਜਿਹੜੇ ਗਲੀਆਂ 'ਚ ਮੋਢਿਆਂ 'ਤੇ ਕਹੀਆਂ ਰੱਖੀ ਕਰਦੇ ਆ ਉਹਨਾਂ ਦਾ ਖਿਆਲ ਰੱਖਿਓ ਆ ਮੇਰੇ ਹਲਕੇ 'ਚ ਪਿਛਲੀ ਵਾਰੀ ਚੋਣ ਲੜ ਕੇ ਗਏ ਆ ਸਾਬਕਾ ਮੰਤਰੀ ਸਾਹਿਬ ਇਸ ਵਾਰੀ ਹਜੇ ਪਿਛਲੀ ਵਾਰੀ ਪਹਿਲਾਂ ਇੱਧਰੋਂ ਤੁਸੀਂ ਹਰਾ ਕੇ ਭੇਜਿਆ ਸੀ ਇੱਕ ਵਾਰੀ ਫਿਰ ਮੇਰੇ ਵਾਲੇ ਏਰੀਏ 'ਚ ਚੱਲ ਕੇ ਉੱਧਰੋਂ ਹਰਾ ਕੇ ਭੇਜਿਆ ਹੁਣ ਤੀਜੀ ਵਾਰੀ ਫੇਰ ਆ ਗਏ ਲਓ ਮੈਂ ਤੁਹਾਨੂੰ ਦੱਸ ਕੇ ਚੱਲਿਆ ਉਹਨਾਂ ਦੇ ਹੋਲਡਿੰਗ ਲੱਗੇ ਆ ਬੰਦ ਦੁਕਾਨ 'ਤੇ ਉਹਨਾਂ ਦਾ ਹੋਲਡਿੰਗ ਲੱਗਿਆ ਹੋਇਆ ਬੰਦ ਘਰ 'ਤੇ ਕਿਉਂਕਿ ਜਿਹਦਾ ਘਰ ਖੁੱਲ੍ਹਾ ਉਹ ਜਾਗਦਾ ਉਹ ਲਾਉਣ ਨਹੀਂ ਦਿੰਦਾ ਜਦੋਂ ਮਰਜ਼ੀ ਦੇਖ ਲਿਓ ਜਿੱਥੇ ਹੋਲਡਿੰਗ ਲੱਗਿਆ ਹੋਊ ਜੇ ਦੁਕਾਨ 'ਤੇ ਲੱਗਿਆ ਹੋਇਆ ਦੁਕਾਨ ਬੰਦ ਜੇ ਮਕਾਨ 'ਤੇ ਲੱਗਿਆ ਮਕਾਨ ਬੰਦ ਅਤੇ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਇਹ ਤਾਂ ਕਹਿੰਦੇ ਆ ਨਾ ਵੀ ਇਸ ਵਾਰੀ ਬੈਂਸ ਨੂੰ ਜਿੱਤਣ ਨਹੀਂ ਦੇਣਾ ਕਹਿੰਦੇ ਆ ਨਾ ਅਮੂਮਨ ਕਿਆ ਬਾਤ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਨ ਆਇਆ ਕਿ ਜਿਹੜੇ ਕਹਿੰਦੇ ਫਿਰਦੇ ਆ ਨਾ ਵੀ ਇਸ ਵਾਰੀ ਬੈਂਸ ਨੂੰ ਤੁਸੀਂ ਮੂਹਰੇ ਕਹਿ ਰਿਹਾ ਕਰੋ ਵੀ ਦੁੱਗਣੀਆਂ ਵੋਟਾਂ 'ਤੇ ਜਿਤਾਵਾਂਗੇ ਜਦੋਂ ਉਹਨਾਂ ਦੀ ਗੱਲ ਅੱਧ ਵਿਚਾਲੇ ਦੀ ਹੋਏ ਨਾ ਵੀ ਇਸ ਵਾਰੀ ਬੈਂਸ ਨੂੰ ਮੂਹਰੇ ਉਹ ਕਰਦਾ ਵੀ ਦੁੱਗਣੀਆਂ ਵੋਟਾਂ 'ਤੇ ਜਿਤਾਵਾਂਗੇ ਆ ਜਿੰਨੇ ਸੱਜਣ ਤੁਸੀਂ ਆਏ ਹੋ ਉਹਨਾਂ ਦੀਆਂ ਤਾਂ ਰੈਲੀਆਂ 'ਚ ਇੰਨੇ ਬੰਦੇ ਨਹੀਂ ਇਕੱਠੇ ਹੋਣੇ ਕਿਉਂਕਿ ਮਦਾਰੀ ਜਿੰਨਾ ਚਿਰ ਤਮਾਸ਼ਾ ਕਰਦਾ ਵਧੀਆ ਲੱਗਦਾ ਪਰ ਮਦਾਰੀ ਕਦੇ ਸੱਚ ਨਹੀਂ ਕਰ ਸਕਦਾ ਜੇ ਮਦਾਰੀ ਝੋਲੇ 'ਚੋਂ ਪੈਸੇ ਕੱਢਦਾ ਤਾਂ ਸੱਚ ਦੱਸਿਓ ਜੋ ਪੈਸੇ ਕੱਢਣ ਯੋਗਾ ਹੋਵੇ ਤਾਂ ਘਰ ਬੈਠ ਕੇ ਹੀ ਨਾ ਕੱਢ ਲੈ ਇਹ ਮਦਾਰੀ ਇਕੱਠੇ ਹੋਏ ਆ ਇਹ ਤੁਹਾਨੂੰ ਸਬਜ ਬਾਗ ਦਿਖਾਉਣਗੇ ਅਤੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਕਿਰਪਾ ਕਰਕੇ ਜਿਹਦੀ ਫੋਟੋ ਰਹਿ ਗਈ ਉਹ ਦੁਬਾਰਾ ਦੇ ਦਿਓ ਉਹਨੂੰ ਕਾਰਡ ਹੋਰ ਬਣਾ ਕੇ ਦੇ ਦਾਂਗੇ ਪਰ ਇਸ ਵਾਰੀ ਇਸ ਚੋਣ ਨੂੰ ਇਹ ਸਮਝ ਕੇ ਲੜਨਾ ਹੈ ਕਿ ਹਲਕਾ ਆਤਮ ਨਗਰ ਦੀ ਲੀਡ ਹਲਕਾ ਦੱਖਣੀ ਦੀ ਲੀਡ ਸਾਰੇ ਪੰਜਾਬ 'ਚੋਂ ਫਸਟ ਅਤੇ ਸੈਕਿੰਡ ਨੰਬਰ 'ਤੇ ਹੋਣੀ ਚਾਹੀਦੀ ਹੈ ਅਸੀਂ ਦਫ਼ਤਰ ਦਾ ਬੂਥ ਘਰ ਨੂੰ ਬੈਠੇ ਹਾਂ ਕਾਲੇ ਇਸ ਕਰਕੇ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਜਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਆਸ ਕਰਦਾ ਕਿ ਇਸ ਵਾਰੀ ਜਿਹੜੀ ਲੀਡ ਆ ਉਹ ਪਹਿਲਾਂ ਨਾਲੋਂ ਦੁੱਗਣੀ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਜਾਵੇ ਅਤੇ ਸੱਚਾਈ ਕਿੱਥੇ ਖੜੀ ਗੱਲਾਂ ਨਾਲ ਕਦੇ ਸੱਚ ਨਹੀਂ ਹੋ ਸਕਣਾ ਜਿੰਨਾ ਚਿਰ ਤੁਸੀਂ ਅਮਲੀ ਜਾਮਾ ਨਹੀਂ ਪਹਿਰਾਓਗੇ ਉਨੀ ਦੇਰ ਸੱਚਾਈ ਲੋਕਾਂ ਦੇ ਸਾਹਮਣੇ ਉਹ ਮਦਾਰੀ ਵਾਲੀ ਗੱਲ ਤਾਂ ਹੋ ਸਕਦੀ ਵੀ ਝੋਲੇ 'ਚੋਂ ਚਾਰ ਨੋਟ ਕੱਢ ਕੇ ਦਿਖਾ ਦੇਣ ਉਹ ਪਰ ਮਦਾਰੀ ਮਦਾਰੀ ਰਹਿਣਾ ਆਪਾਂ ਪਰਮੇਸ਼ੁਰ ਨੂੰ ਮੰਨਣ ਵਾਲੇ ਹਾਂ ਆਪਾਂ ਜੋ ਕਿਹਾ ਉਹਦੇ 'ਤੇ ਪਹਿਰਾ ਦਿੱਤਾ ਅਤੇ ਗਾਂਹ ਵੀ ਦੇਵਾਂਗੇ ਆਪਾਂ ਉਹਦੇ 'ਚ ਆਪਣਾ ਕਦੇ ਨਫ਼ਾ ਨੁਕਸਾਨ ਨਹੀਂ ਸੋਚਿਆ ਇਸ ਕਰਕੇ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਵਾਰੀ ਦੋ ਇਲੈਕਸ਼ਨਾਂ ਨਹੀਂ ਆਪਾਂ ਦੋ ਸੀਟਾਂ ਨਹੀਂ ਲੜਨੀਆਂ ਸੀਟਾਂ ਹੋਰ ਵੀ ਲੜਨੀਆਂ ਇਸੇ ਕਰਕੇ ਪਹਿਲਾਂ ਹੀ ਬੂਥ ਕਮੇਟੀਆਂ ਬਣਾਈਆਂ ਵੀ ਇੱਥੇ ਵਾਲੇ ਦੋ ਹਲਕੇ ਤੁਸੀਂ ਸੰਭਾਲਣੇ ਆ ਅਤੇ ਅਸੀਂ ਗਾਂ ਵਾਲੇ ਏਰੀਏ 'ਚ ਵੀ ਹੋਕਾ ਦੇਣ ਜਾਣਾ ਇਸ ਕਰਕੇ ਅੱਜ ਤੋਂ ਇਸ ਜ਼ਿੰਮੇਵਾਰੀ ਨੂੰ ਆਪਣੇ ਆਪ ਨੂੰ ਉਮੀਦਵਾਰ ਸਮਝ ਕੇ ਅਤੇ ਹੋਰ ਵੱਡੀ ਗੱਲ ਕਹਾਂ ਕਿ ਹਜੇ ਇਲੈਕਸ਼ਨ ਅਨਾਊਂਸ ਨਹੀਂ ਹੋਈ ਅਤੇ ਤੁਹਾਨੂੰ ਹਰੇਕ ਮਹੱਲੇ ਹਰੇਕ ਗਲੀ 'ਚ ਪਤਾ ਆ ਵੀ ਪਿਛਲੀ ਵਾਰੀ ਸਰਦਾਰ ਸ਼ਾਮ ਸਿੰਘ ਸਾਡੇ ਨਾਲ ਤੁਰੇ ਨਹੀਂ ਸੀ ਅਤੇ ਚਾਰ ਬੰਦੇ ਇਕੱਠੇ ਹੋ ਕੇ ਸ਼ਾਮ ਸਿੰਘ ਦੇ ਘਰ ਸਵੇਰੇ ਚਲੇ ਜਾਇਓ ਵੀ ਭਰਾਵਾ ਪਿਛਲੀ ਵਾਰੀ ਤੂੰ ਸਾਨੂੰ ਵੋਟ ਨਹੀਂ ਸੀ ਪਾਈ ਅਤੇ ਇਸ ਵਾਰੀ ਅਸੀਂ ਤੇਰੇ ਕੋਲ ਪਹਿਲਾਂ ਆ ਗਏ ਹਾਂ ਇਸ ਵਾਰੀ ਤੂੰ ਸਾਡੇ ਨਾਲ ਕਿਉਂਕਿ ਜਿਹੜਾ ਆਪਣਾ ਦਫ਼ਤਰ ਆ ਨਾ ਤੁਸੀਂ ਤਾਂ ਬਹੁਤ ਸਾਰੇ ਸੱਜਣ ਹਮੇਸ਼ਾ ਜਾਂਦੇ ਹੋ ਆਪਾਂ ਕਦੇ ਆਉਣ ਵਾਲੇ ਨੂੰ ਇਹ ਨਹੀਂ ਪੁੱਛਿਆ ਵੀ ਤੂੰ ਕਿੱਥੋਂ ਆਇਆ ਆਪਾਂ ਇਹ ਨਹੀਂ ਪੁੱਛਿਆ ਤੇਰੀ ਪਾਰਟੀ ਕਿਹੜੀ ਹੈ ਆਪਾਂ ਇਹ ਨਹੀਂ ਪੁੱਛਿਆ ਵੀ ਤੂੰ ਵੋਟ ਕਿਹਨੂੰ ਪਾਈ ਹੈ
ਆਪਾਂ ਆਪਣੇ ਦਫ਼ਤਰ ਦੀ ਇੱਕ ਮਰਿਆਦਾ ਨਰ ਸੇਵਾ ਨਾਰਾਇਣ ਸੇਵਾ, ਇਸ ਕਰਕੇ ਜੇ ਕਿਸੇ ਦਾ ਘੱਟ ਵੀ ਬੋਲ ਚਾਲ ਹੈ, ਕਈ ਵਾਰੀ ਇਹ ਵੀ ਹੁੰਦਾ ਨਾ ਵੀ ਆਪਾਂ ਨੂੰ ਵੋਟ ਨਹੀਂ ਪਾਉਂਦਾ, ਇਹਨੂੰ ਰਾਮ ਸਲਾਮ ਵੀ ਬੰਦ ਕਰ ਦਿਓ, ਦੁਬਾਰਾ ਸ਼ੁਰੂ ਕਰ ਦਿਓ, ਉਹਦੇ ਨਾਲ ਭਾਈਚਾਰਕ ਸਾਂਝ ਰੱਖਣੀ ਹੈ, ਉਹ ਤੋੜਨੀ ਨਹੀਂ, ਅਤੇ ਉਹਨੂੰ ਜ਼ਰੂਰ ਸੁਨੇਹਾ ਦਿਓ ਵੀ ਭਾਈ ਤੂੰ ਪਿਛਲੀ ਵਾਰੀ ਕਿਤੇ ਹੋਰ ਚਲੇ ਗਿਆ ਸੀ, ਇਸ ਵਾਰੀ ਭਰਾਵਾਂ ਦੇ ਨਾਲ ਰਹੀਂ ਅਤੇ ਤੂੰ ਸਾਡੇ ਨਾਲ ਚੱਲਣਾ, ਮੇਰਾ ਮਨ ਕਹਿੰਦਾ ਕਿ ਉਹ ਤੁਹਾਡੀ ਗੱਲ ਕਦੇ ਮੋੜੇਗਾ ਨਹੀਂ, ਕਿਉਂਕਿ ਉਹਨੂੰ ਇਸ ਗੱਲ ਦਾ ਭਰੋਸਾ ਹੋਊਗਾ ਕਿ ਅੱਜ ਚਾਰ ਸੱਜਣ ਮੈਨੂੰ ਇੱਜ਼ਤ ਦੇਣ ਵਾਸਤੇ ਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਪਰ ਸਿਮਰਜੀਤ ਨੇ ਵੀ ਆਉਣਾ ਸੀ ਪਰ ਉਹ ਅੱਜ ਚੰਡੀਗੜ੍ਹ ਗਏ ਹੋਏ ਆ, ਇਸ ਕਰਕੇ ਉਹ ਆ ਨਹੀਂ ਸਕੇ। ਮੈਂ ਉਹਨਾਂ ਨੂੰ ਵੀ ਕਹੂੰਗਾ ਤੁਹਾਡੇ ਦਰਸ਼ਨ ਕਰਨ ਲਈ ਜ਼ਰੂਰ ਹਾਜ਼ਰ ਹੋਣਗੇ। ਮੈਂ ਸਾਰੀ ਪ੍ਰਬੰਧਕੀ ਟੀਮ ਦਾ, ਸਰ ਪ੍ਰੀਤਮ ਸਿੰਘ ਜੀ, ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਨਾ, ਤੁਹਾਨੂੰ ਮੁਬਾਰਕ ਵੀ ਦਿੱਤੀ ਹੈ ਕਿ ਅੰਤ ਵਿੱਚ ਇਸ ਮਹੱਲੇ ਵਿੱਚ ਇੱਕ ਅਣਹੋਣੀ ਘਟਨਾ ਵੀ ਹੋਈ। ਮੈਂ ਉਦਣ ਆਇਆ ਸੀ, ਅਣਹੋਣੀ ਘਟਨਾ ਕੀ ਹੋਈ ਕਿ ਜਿਹੜੇ ਰਿਸ਼ਤੇ ਸੀਗੇ ਜਿਹਨਾਂ ਨੂੰ ਆਪਾਂ ਪਵਿੱਤਰ ਰਿਸ਼ਤੇ ਕਹਿੰਦੇ ਹਾਂ, ਉਹ ਤਾਰ ਤਾਰ ਹੋ ਗਏ। ਛੋਟੀ ਜੀ ਫੁੱਲ ਵਰਗੀ ਬੱਚੀ ਜਿਹਨੂੰ ਭੂਆ ਕਹਿ ਕੇ ਪੁਕਾਰਦੀ ਸੀ ਕਿ ਭੂਆ ਜੀਜੀ ਲੈ ਦੇ, ਭੂਆ ਫਰੂਟ ਵਾਲਾ ਆਇਆ ਫਰੂਟ ਲੈ ਦੇ, ਭੂਆ ਕੁਲਫੀ ਵਾਲਾ ਆਇਆ ਕੁਲਫੀ ਲੈ ਦੇ, ਉਹ ਭੂਆ ਮੈਨੂੰ ਅਗਰ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਡੈਣ ਦਾ ਰੂਪ ਧਾਰਨ ਕਰ ਗਈ ਅਤੇ ਉਸ ਭੂਆ ਨੇ ਉਸ ਬੱਚੀ ਨੂੰ, ਸੱਚ ਦੱਸਿਓ ਕੋਈ ਬੰਦਾ ਹੈ ਜਿਹੜਾ ਕਤੂਰੇ ਨੂੰ ਮਾਰ ਦੇਵੇ, ਗਲ 'ਚ ਬੂਠਾ ਦੇ ਕੇ ਕੋਈ ਮਾਰ ਸਕਦਾ? ਕਈ ਵਾਰੀ 100 ਵਾਰੀ ਆਤਮਾ ਬੋਲ ਰੋਕਦੀ ਆ ਵੀ ਇਹਨੇ ਤੇਰਾ ਕੀ ਵਿਗਾੜਿਆ ਦਰਵੇਸ਼ ਨੇ। ਅਤੇ ਉਸ ਬੱਚੀ ਦਾ ਇੱਥੇ ਇਸ ਆਪਣੇ ਮੁਹੱਲੇ 'ਚ ਕਤਲ ਹੋਇਆ, ਆਪਾਂ ਉਸ ਕਤਲ ਦੀ ਸਾਰੇ ਜਿਹੜੇ ਨਿਖੇਧੀ ਵੀ ਕਰਦੇ ਹਾਂ ਅਤੇ ਉਸ ਪਰਿਵਾਰ ਨਾਲ ਬੇਟੀ ਦਿਲਰੋਜ਼ ਦੇ ਪਿਤਾ ਜੀ, ਦਾਦਾ ਜੀ, ਦਾਦੀ ਜੀ, ਉਹਦੀ ਮਾਂ, ਉਹਦੇ ਚਾਚੇ, ਉਹਦਾ ਮਤਲਬ ਕੁੱਲ ਪਰਿਵਾਰ, ਆਪਾਂ ਸਾਰੇ ਪਰਿਵਾਰ ਨਾਲ ਹਮਦਰਦੀ ਵੀ ਕਰਦੇ ਹਾਂ ਅਤੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੇ ਹਾਂ ਕਿ ਪਾਤਸ਼ਾਹ ਉਸ ਪਿਆਰੀ ਬੇਟੀ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਇੱਕ ਬੇਨਤੀ ਮੈਂ ਮਨੀ ਨੂੰ ਅਤੇ ਇੰਦਰਜੀਤ ਰਾਜੇ ਨੂੰ ਕਰਨ ਲੱਗਿਆ, ਜਦੋਂ ਡੈਡੀ ਘਰ ਦੇਣਾ ਨਾ ਉਹਨਾਂ ਦੀ ਫੋਟੋ ਖਿੱਚੇ ਹੋਏ ਇੱਕ, ਉਹ ਬਾਅਦ ਦੇ ਵਿੱਚ ਅਸੀਂ ਬੋਰਡ ਵਗੈਰਾ ਬਣਾਉਣੇ ਆ ਉਹਨਾਂ ਦੇ ਉੱਤੇ ਫੋਟੋਆਂ ਲਾਉਣੀਆਂ, ਵੈਸੇ ਤਾਂ ਉੱਥੇ ਕੰਪਿਊਟਰ 'ਚ ਹੈਗੀਆਂ ਨੇ ਪਰ ਫਿਰ ਵੀ ਕਹਿੰਦੇ ਜਿਹੜੀ ਇੱਥੇ ਵਾਲੀ ਫੋਟੋ ਤੁਸੀਂ ਪੂਰੀ ਵਧੀਆ ਖਿੱਚ ਲਿਓ ਤਾਂ ਕਿ ਆਪਾਂ ਉਹਨਾਂ ਨੂੰ, ਅਤੇ ਪਹਿਲੇ ਚਾਰ ਕਾਰਡ ਮੈਂ ਬੈਂਸ ਸਾਹਿਬ ਨੂੰ ਬੇਨਤੀ ਕਰਨ ਲੱਗਿਆ ਕਿ ਵਾਰਡ ਨੰਬਰ 34 ਤੋਂ ਵਾਰਡ ਨੰਬਰ 34 ਤੋਂ ਬੂਥ ਨੰਬਰ ਹੈਗਾ 68 ਜਿਹਦੇ ਪ੍ਰਧਾਨ ਨੇ ਸਰਦਾਰ ਪ੍ਰੀਤਮ ਸਿੰਘ ਜੀ, ਮੈਂ ਬੈਂਸ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਪ੍ਰਧਾਨ ਸਾਹਿਬ ਨੂੰ ਉਹ ਕਾਰਡ ਪਾ ਜਾਵੇ। ਉਹਦੇ ਸੋ ਨਿਹਾਲ ਬੂਥ ਨੰਬਰ 60 ਤੋਂ ਹੈਗੇ ਨੇ ਪ੍ਰਧਾਨ ਸਰਦਾਰ ਤਰਲੋਕ ਸਿੰਘ ਜੀ, ਤੁਹਾਡੇ ਪਰਲੇ ਪਾਸੇ ਬੂਥ ਨੰਬਰ 58 ਤੋਂ ਸਾਡੇ ਪ੍ਰਧਾਨ ਦੇ ਸੈਕਟਰੀ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੇ ਸਰਦਾਰ ਤਰਸੇਮ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹਰ ਕੰਮ ਦੇ ਵਿੱਚ ਹੀ। ਅਤੇ ਬੂਥ ਨੰਬਰ 57 ਸਾਡੇ ਬਹੁਤ ਸਤਿਕਾਰਯੋਗ ਡਾਕਟਰ ਨਿਰਮਲ ਸਿੰਘ ਜੀ, ਜਿਹੜੇ ਹਰ ਥਾਂ ਸਾਡੀ ਹਰ ਕੰਮ ਦੇ ਵਿੱਚ ਬੜੀ ਮਦਦ ਕਰਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸੋ ਇਹ ਸੀ ਚਾਰ ਬੂਥਾਂ ਦੇ ਪ੍ਰਧਾਨ। ਹੁਣ ਜਿਹੜੇ ਅਗਲੇ ਉਹਨਾਂ ਦਾ ਅਹੁਦਾ ਤਾਂ ਮੈਂ ਨਹੀਂ ਬੋਲਦਾ, ਲੇਕਿਨ ਕਾਰਡ ਮੈਂ ਉਹਨਾਂ ਨੂੰ ਬੋਲ ਦਿੰਦਾ, ਜਿੱਦਾਂ ਸੀਨੀਅਰ ਵਾਈਸ ਪ੍ਰੈਜੀਡੈਂਟ ਅਮੀਤ ਪ੍ਰਧਾਨ, ਉਹ ਨਾਲ ਦੀ ਨਾਲ ਆ ਕੇ ਆਪਣਾ ਕਾਰਡ ਲਈ ਜਾਣ ਅਤੇ ਨਾਲ ਫੋਟੋ ਖਿਚਾਈ ਜਾਣ। ਕੁਛ ਫੋਟੋਆਂ ਮਨੀ ਜੀ ਤੁਸੀਂ ਖਿੱਚ ਲਿਓ, ਕੁਛ ਫੋਟੋਆਂ ਤੁਸੀਂ ਖਿੱਚ ਲਓ, ਫਿਰ ਇਹਨਾਂ ਨੂੰ ਆਪਾਂ ਇਕੱਠੀ ਕਰਦੇ ਹਾਂ। ਬਹੁਤ ਸਤਿਕਾਰ ਜੋ ਸਰਦਾਰ ਪ੍ਰਕਾਸ਼ ਸਿੰਘ ਜੀ, ਸੰਤੋਖ ਸਿੰਘ, ਅਤੇ ਅਮਰਪਾਲ ਜੀ ਸਾਡੇ ਸਤਿਕਾਰ ਜੋ, ਜਿਨ੍ਹਾਂ ਦਾ ਇਹ ਸਾਰਾ ਕੁਛ ਹਮੇਸ਼ਾ ਹੀ ਤੁਸੀਂ ਥੋੜ੍ਹਾ ਜਿਹਾ ਮੈਂ ਕਹਿੰਦਾ ਫੋਟੋ ਰੱਖ ਗਿਆ ਨਹੀਂ, ਉਹ ਫਿਰ ਆਪਾਂ ਇਕੱਠੀ ਸਾਰੀ ਕਰਾ ਲਵੇ, ਕਰਕੇ ਨਾ ਉਹਦਾ ਸਿੰਗਲ ਵਾਲੀ ਬਾਅਦ ਕਰ ਲਈ ਇਕੱਲੇ ਇਕੱਲੇ।
ਸਾਡੇ ਅਮਰਪਾਲ ਜੀ ਜਿਨ੍ਹਾਂ ਦਾ ਸਾਰਾ ਹੀ ਪ੍ਰੋਗਰਾਮ ਪੈਲਸ ਵੀ ਅਤੇ ਸਾਰਾ ਕੁਝ ਚਾਹ ਪਾਣੀ ਦਾ ਸਾਰਾ ਜਿਹੜਾ ਸੰਬੰਧ ਹੁੰਦਾ ਸਰਜੀਤ ਸਿੰਘ ਜੀ ਗਲੀ ਨੰਬਰ 3 ਸਰਜੀਤ ਸਿੰਘ ਜੀ ਗੋਰਾ ਜੀ ਸਰਬਜੀਤ ਸਿੰਘ ਜੀ ਉਹ ਵੀ ਆ ਜਾਣ ਸਰਬਜੀਤ ਕੁਲਜੀਤ ਸਿੰਘ ਜੀ ਕੁਲਜੀਤ ਸਿੰਘ ਗਲੀ ਨੰਬਰ 3 ਸਲਾਰ ਅੰਗਰੇਜ਼ ਸਿੰਘ ਜੀ ਸਿਕੰਦਰ ਸਿੰਘ ਆ ਜਾਓ ਜੀ ਸਿਕੰਦਰ ਸਿੰਘ ਸੁਖਵਿੰਦਰ ਸਿੰਘ ਜੀ ਦਰਸ਼ਨ ਸਿੰਘ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਗਲੀ ਨੰਬਰ 3 ਵਾਲੇ ਗੁਰਵਿੰਦਰ ਸਿੰਘ ਜੀ ਵਰਿੰਦਰ ਸਿੰਘ ਮਿੰਟੂ ਆ ਗਿਆ ਵਰਿੰਦਰ ਸਿੰਘ ਵਰਿੰਦਰ ਕਾਲਾ ਆਇਆ ਨਾ ਸੀਗਾ ਵੀਰ ਦਵਿੰਦਰ ਸਿੰਘ ਦਾ ਨਾਮ ਗਲਤ ਆ ਚਲ ਕੋਈ ਨਾ ਕਿਹੜਾ ਹੋਊਗਾ ਜਸਵਿੰਦਰ ਸਿੰਘ ਜੀ ਮਿੰਟੂ ਜੀ ਚਰਨਜੀਤ ਸਿੰਘ ਚਰਨਜੀਤ ਸਤਨਾਮ ਸਿੰਘ ਸਤਨਾਮ ਸਿੰਘ ਤੇ ਜਸਪਾਲ ਸਤਨਾਮ ਸਿੰਘ ਸਤਿੰਦਰ ਦੋ ਮੂਵਮੈਂਟ ਤੋਂ ਰਹਿ ਗਏ ਦੋ ਇੱਕ ਜਸਪਾਲ ਤੇ ਰਹਿ ਗਿਆ ਫੋਟੋ ਕਰਾ ਲਿਓ ਜੀ ਨਾਟ ਨੰਬਰ ਵਾਲੇ ਮਿਲ ਗਿਆ ਜਗਵਿੰਦਰ ਸਿੰਘ ਜੀ ਰਾਣਾ ਜੀ ਆ ਜਾਓ ਜੀ ਜਗਰਾਇਲ ਸਿੰਘ ਜੀ ਵਾਲੇ ਦਰਸ਼ਨ ਭਾਜੀ ਆ ਜਾਓ ਦਰਸ਼ਨ ਭਾਜੀ ਦਰਸ਼ਨ ਜੀ ਕੁਲਜਿੰਦਰ ਸਿੰਘ ਕੁਲਜਿੰਦਰ ਸਿੰਘ ਪਿੱਟੀ ਇੱਧਰ ਹੋ ਆਪ ਹੀ ਹਰਦੀਪ ਸਿੰਘ ਦੀਪਾ ਦੀਪ ਜਸਵਿੰਦਰ ਪਿੱਟੂ ਜਸਵਿੰਦਰ ਪਿੱਟੂ ਕਿੱਥੇ ਆ ਪਿੱਟੂ ਗਲੀ ਨੰਬਰ 7 ਬਿੱਟੂ ਆਉਂਦਾ ਜੀ ਤੂੰ
ਤੈਨੂੰ ਨਾਉ ਨਹੀਂ ਸੁਣਦਾ ਤੇਰਾ ਸੁਣਦਾ ਮੈਂ ਤਾਂ ਬੋਲੀ ਜਾਣਾ ਪ੍ਰਗਟ ਸਿੰਘ ਇਹ ਆਪਣੇ ਨਹੀਂ ਪ੍ਰਗਟ ਸਿੰਘ ਮੇਜਰ ਸਿੰਘ ਮੇਜਰ ਸਿੰਘ ਲਾਈਵ ਹੈ ਕਿਰਨਦੀਪ ਹਰਪ੍ਰੀਤ ਹੈਪੀ ਮਨਵੀਰ ਮਨਵੀਰ ਚਰਨਜੀਤ ਕੌਰ ਕੁਲਵਿੰਦਰ ਸਿੰਘ ਹੌਲਦਾਰ ਥਾਣੇਦਾਰ ਜੀ ਸੀਮਾ ਰਾਣੀ ਸਰਦਾਰ ਸ਼ਾਮ ਸਿੰਘ ਜੀ ਆ ਜਾਓ ਗੁਰਮੀਤ ਕੌਰ ਤੇ ਕੇਵਲ ਸਿੰਘ ਭਜਨ ਸਿੰਘ ਨੇ ਦਿੱਤਾ ਹੋਇਆ ਕੁਲਵੀਰ ਕੌਰ ਗੁਰਪ੍ਰੀਤ ਗੋਪੀ ਇੰਦਰਜੀਤ ਰਾਜਾ ਫੋਟੋ ਹੀ ਪਾ ਗੋਪੀ ਅਮਿਤ ਕੁਮਾਰ ਸਤਦੇਵ ਸਿੰਘ ਚਰਨ ਸਿੰਘ ਆ ਜਾਓ ਜੀ ਟੈਂਡਰੀ ਲਾਈਵ
ਲਾਈਵ ਚੱਲੀ ਜਾਂਦੀ ਹੈ। ਸਰਚੰਦ ਸਿੰਘ ਜੀ ਤੁਹਾਡੇ ਦੋ ਟੈਂਟੀਵਾਲ ਬਣ ਗਏ ਆ। ਪ੍ਰੀਤਮ ਸਿੰਘ ਜੀ ਭੋਲਾ, ਅਮਨਦੀਪ ਸਿੰਘ ਪ੍ਰਿੰਸ, ਨੰਨੇ ਨੰਨੇ ਰਕਾ ਤੂੰ ਹੈ, ਨੰਨੇ ਰਕਾ ਤੂੰ ਅਮਨਦੀਪ ਪ੍ਰਿੰਸ ਅੱਗੇ ਆ ਜਾ, ਅਮਨਪਾਲ ਜੀ ਆ ਜਾਓ, ਅਮਨਪਾਲ, ਪ੍ਰਿਤਪਾਲ, ਪ੍ਰਿਤਪਾਲ, ਮਨਜੀਤ ਸਿੰਘ, ਮਨਜੀਤ ਸਿੰਘ, ਜਸਕਰਨ, ਜਸਕਰਨ, ਇੰਦਰਜੀਤ ਸਿੰਘ ਜੀ ਸਾਡੇ ਗੋਰਾ ਜੀ, ਕੁਲਦੀਪ ਸਿੰਘ ਜੀ ਗਲੀ ਨੰਬਰ 6, ਲੱਕੀ, ਲੱਕੀ ਜੀ ਆ ਜਾਓ ਗਲੀ ਨੰਬਰ 6, ਲੱਕੀ, ਪਵਨਪ੍ਰੀਤ ਜੀ, ਪਵਨਪ੍ਰੀਤ ਜੀ, ਰਵੀਰ, ਮਨਪ੍ਰੀਤ ਸਿੰਘ ਰਾਜਾ, ਗਰਜੰਟ ਸਿੰਘ ਜੀ, ਗਗਨ, 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 ਬਲਵੀਰ ਸਿੰਘ ਜੀ, ਬਲਵੀਰ ਸਿੰਘ ਜੀ, ਸਰਦਾਰ ਅਵਤਾਰ ਸਿੰਘ ਜੀ, ਸਰਦਾਰ ਅਵਤਾਰ ਸਿੰਘ ਜੀ, ਗੁਰਦੁਆਰਾ ਸਾਹਿਬ, ਇੱਕ ਕਾਰਡ ਆ, ਤਰਸੇਮ ਸਿੰਘ ਜੀ, ਤਰਸੇਮ ਸਿੰਘ, ਹੋ ਗਿਆ ਚਾਹ ਪਿਆ।